ਸਤਿ ਸ਼੍ਰੀ ਅਕਾਲ ਜੀ ਇੰਡੀਆ ਨਿਊਜ਼ ਪੰਜਾਬ ਦੇ ਡਿਜੀਟਲ ਪਲੈਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤਮੰਨਾ ਅਰੋੜਾ ਅੱਜ ਕੱਲ ਸਿਹਤ ਦੇ ਨਾਲ ਜੁੜੀ ਹੋਈ ਕਿ ਤੁਸੀਂ ਜਾਣਦੇ ਹੋ ਸੂਰਜ ਦੀਆਂ ਕਿਰਨਾਂ ਤੁਹਾਡੇ ਲਈ ਕਿੰਨੀ ਜ਼ਿਆਦਾ ਫਾਇਦੇਮੰਦ ਨੇ ਜਾਂ ਕਿੰਨੀ ਜ਼ਿਆਦਾ ਨੁਕਸਾਨਦਾਇਕ ਨੇ ਰਿਸਰਚਰਸ ਦੇ ਵੱਲੋਂ ਵੀ ਜਿਹੜਾ ਰਿਸਰਚ ਦੇ ਵਿੱਚ ਦਾਅਵਾ ਕੀਤਾ ਗਿਆ ਅਤੇ ਉਹਨਾਂ ਨੇ ਕਈ ਨੁਕਸਾਨ ਵੀ ਜਿਹੜੇ ਨੇ ਯੂਵੀ ਰੇਜ਼ ਦੇ ਰਿਸਰਚਰਾਂ ਦੇ ਵੱਲੋਂ ਦੱਸੇ ਗਏ ਨੇ ਉਹਨਾਂ ਨੇ ਅਲੱਗ ਅਲੱਗ ਸਕਿਨ ਟੋਨ ਦੇ ਹਿਸਾਬ ਦੇ ਜਦੋਂ ਇਹ ਰਿਸਰਚ ਕੀਤੀ ਗਈ ਤਾਂ ਪਤਾ ਲਗਾਇਆ ਗਿਆ ਕਿ ਅਲੱਗ ਅਲੱਗ ਸਕਿਨ ਟੋਨ ਅਤੇ ਯੂਵੀ ਰੇਜ਼ ਕਿਸ ਤਰੀਕੇ ਦੇ ਨਾਲ ਅਸਰ ਕਰਦੀਆਂ ਨੇ ਅਤੇ ਇਸਦੇ ਕੀ ਨੁਕਸਾਨ ਸਕਿਨ ਨੂੰ ਹੋ ਸਕਦੇ ਨੇ ਇਸ ਦੇ ਨਾਲ ਹੀ ਕੁਝ ਫਾਇਦੇ ਵੀ ਸਨ ਰੇਜ਼ ਦੇ ਹੁੰਦੇ ਨੇ ਜ਼ਾਹਿਰ ਤੌਰ 'ਤੇ ਸਾਨੂੰ ਸਭ ਨੂੰ ਪਤਾ ਕਿ ਸਨ ਰੇਜ਼ ਤੋਂ ਜਿਹੜਾ ਹੈ ਸਾਨੂੰ ਵਿਟਾਮਿਨ ਡੀ ਮਿਲਦਾ ਹੈ ਅਤੇ ਵਿਟਾਮਿਨ ਡੀ ਸਾਡੇ ਸਰੀਰ ਦੇ ਲਈ ਕਾਫੀ ਜ਼ਿਆਦਾ ਜ਼ਰੂਰੀ ਹੈ ਪਰ ਇਸਦੇ ਕਈ ਨੁਕਸਾਨ ਵੀ ਜਿਹੜੇ ਨੇ ਰਿਸਰਚ ਦੇ ਵਿੱਚ ਹੁਣ ਪਾਏ ਗਏ ਨੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਸੂਰਜ ਦੀ ਰੋਸ਼ਨੀ ਤੋਂ ਜਿਹੜਾ ਸਾਨੂੰ ਵਿਟਾਮਿਨ ਡੀ ਮਿਲਦਾ ਹੈ ਜੋ ਕਿ ਸਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਵਿਟਾਮਿਨ ਡੀ ਸਕਿਨ ਦੇ ਟਿਸ਼ੂਆਂ ਨੂੰ ਅੰਦਰੋਂ ਸਿਹਤਮੰਦ ਬਣਾਉਣ ਦੇ ਵਿੱਚ ਕਾਫੀ ਮਦਦ ਕਰਦਾ ਹੈ ਅਤੇ ਸਰੀਰ ਦੇ ਵਿੱਚ ਜਿਹੜਾ ਕੈਲਸ਼ੀਅਮ ਨੂੰ ਵੀ ਜਜ਼ਬ ਕਰਨ ਦੀ ਪ੍ਰਕਿਰਿਆ ਨੂੰ ਵਧਾਉਂਦਾ ਹੈ ਅਤੇ ਧੁੱਪ ਸਾਡੇ ਲਈ ਜ਼ਰੂਰੀ ਹੈ ਸੂਰਜ ਦੀਆਂ ਤੇਜ਼ ਕਿਰਨਾਂ ਸਕਿਨ ਦੇ ਲਈ ਨੁਕਸਾਨਦੇਹ ਵੀ ਸਾਬਿਤ ਹੋ ਸਕਦੀਆਂ ਨੇ ਜਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਸੂਰਜ ਦੀਆਂ ਤੇਜ਼ ਕਿਰਨਾਂ ਜਿਹੜੀਆਂ ਹੁੰਦੀਆਂ ਨੇ ਸਾਡੇ ਸਕਿਨ ਲਈ ਇੱਕ ਤਰਫ ਉਹ ਫਾਇਦਾ ਵੀ ਦਿੰਦੀਆਂ ਨੇ ਪਰ ਹਰ ਚੀਜ਼ ਦੇ ਜਿਹੜੇ ਨੇ ਤੁਸੀਂ ਵੀ ਜਾਣਦੇ ਹੋ ਕਿ ਫਾਇਦੇ ਅਤੇ ਨੁਕਸਾਨ ਦੋਵੇਂ ਹੀ ਹੁੰਦੇ ਨੇ ਅਤੇ ਸੂਰਜ ਦੀਆਂ ਕਿਰਨਾਂ ਦੇ ਵੀ ਫਾਇਦੇ ਜ਼ਰੂਰ ਨੇ ਪਰ ਇਹਨਾਂ ਦੇ ਨੁਕਸਾਨ ਵੀ ਨੇ ਨੁਕਸਾਨ ਕੀ ਹੈ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਜਿਹੜੀਆਂ ਨੇ ਸਕਿਨ ਨੂੰ ਕਾਫੀ ਨੁਕਸਾਨ ਪਹੁੰਚਾਉਂਦੀਆਂ ਨੇ ਇਸ ਲਈ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਸਕਿਨ ਦੇ ਵੱਖ ਵੱਖ ਕਿਸਮ ਦੇ ਹਿਸਾਬ ਦੇ ਨਾਲ ਸਕਿਨ ਉੱਤੇ ਸੂਰਜ ਦੀਆਂ ਕਿਰਨਾਂ ਦਾ ਕੀ ਅਸਰ ਹੁੰਦਾ ਹੈ ਸਕਿਨ ਟਾਈਪਸ ਦੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਅੱਜ ਦੱਸਾਂਗੀ ਕਿ ਸੂਰਜ ਦੀਆਂ ਕਿਰਨਾਂ ਦਾ ਤੁਹਾਡੀ ਸਕਿਨ 'ਤੇ ਕੀ ਅਸਰ ਪੈ ਸਕਦਾ ਸਕਿਨ ਟੋਨ ਦੇ ਹਿਸਾਬ ਦੇ ਨਾਲ ਗੱਲ ਕਰੀਏ ਜੇਕਰ ਤੇਲ ਯੁਕਤ ਸਕਿਨ ਯਾਨੀ ਓਇਲੀ ਸਕਿਨ ਦੇ ਬਾਰੇ ਜੇਕਰ ਅਸੀਂ ਗੱਲ ਕਰੀਏ ਤਾਂ ਓਇਲੀ ਸਕਿਨ ਵਾਲੇ ਲੋਕਾਂ ਨੂੰ ਜ਼ਰਾ ਜ਼ਿਆਦਾ ਧੁੱਪ ਦੇ ਵਿੱਚ ਰਹਿਣਾ ਤਾਂ ਸਕਿਨ 'ਤੇ ਜਲਦੀ ਜਿਹੜਾ ਖਿਚਾਵ ਆਉਂਦਾ ਓਇਲੀ ਸਕਿਨ ਵਾਲੇ ਜ਼ਿਆਦਾਤਰ ਧੁੱਪ ਦੇ ਵਿੱਚ ਜੇਕਰ ਥੋੜ੍ਹੀ ਦੇਰ ਰਹਿੰਦੇ ਨੇ ਤਾਂ ਉਹਨਾਂ ਦੇ ਸਕਿਨ 'ਤੇ ਖਿਚਾਵ ਆਉਣਾ ਸ਼ੁਰੂ ਹੋ ਜਾਂਦਾ ਹੈ ਹਾਲਾਂਕਿ ਇਸ ਦੇ ਵਿੱਚ ਜਿਹੜਾ ਜਲਨ ਨਹੀਂ ਹੁੰਦੀ ਸੂਰਜ ਦੀ ਰੋਸ਼ਨੀ ਕਾਰਨ ਜਿਹੜਾ ਤੇਲ ਦਾ ਉਤਪਾਦਨ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਅਤੇ ਬਲੈਕ ਹੈਡਸ ਅਤੇ ਵਾਈਟ ਹੈਡਸ ਉਹ ਵੀ ਜ਼ਿਆਦਾ ਵੱਧ ਜਾਂਦੇ ਨੇ ਓਇਲੀ ਸਕਿਨ ਵਾਲਿਆਂ ਨੂੰ ਖਾਸ ਤੌਰ 'ਤੇ ਪ੍ਰੋਬਲਮ ਰਹਿੰਦੀ ਹੈ ਹਰ ਸੀਜ਼ਨ ਦੇ ਵਿੱਚ ਹੀ ਅਤੇ ਧੁੱਪ ਦੇ ਵੀ ਹੁਣ ਨੁਕਸਾਨ ਓਇਲੀ ਸਕਿਨ ਵਾਲਿਆਂ ਲਈ ਸਾਹਮਣੇ ਆਏ ਨੇ ਜੇਕਰ ਤੁਹਾਡੀ ਵੀ ਓਇਲੀ ਸਕਿਨ ਹੈ ਤਾਂ ਤੁਸੀਂ ਵੀ ਆਪਣੇ ਲਈ ਜੋ ਵੀ ਜ਼ਰੂਰੀ ਪੁਖਤਾ ਇੰਤਜ਼ਾਮ ਨੇ ਜਿਹੜੇ ਜੋ ਵੀ ਜ਼ਰੂਰੀ ਕਦਮ ਉਠਾਉਣੇ ਚਾਹੀਦੇ ਨੇ ਉਹ ਤੁਸੀਂ ਜ਼ਰੂਰ ਉਠਾਓ ਤਾਂ ਕਿ ਤੁਹਾਡੀ ਸਕਿਨ ਨੂੰ ਕੋਈ ਨੁਕਸਾਨ ਨਾ ਹੋਵੇ ਅਗਲੀ ਖੁਸ਼ਕ ਸਕਿਨ ਦੇ ਬਾਰੇ ਅਸੀਂ ਗੱਲ ਕਰਾਂਗੇ ਯੂਵੀ ਕਿਰਨਾਂ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਖੁਸ਼ਕ ਸਕਿਨ ਕੁਝ ਸਮੇਂ ਦੇ ਵਿੱਚ ਹੀ ਖੁਸ਼ਕ ਹੋ ਜਾਂਦੀ ਹੈ ਅਤੇ ਸਕਿਨ ਦੇ ਝੁਰੀਆਂ ਫਾਈਨ ਲਾਈਨਸ ਅਤੇ ਤੇਜ਼ੀ ਦੇ ਨਾਲ ਇਹ ਦਿਖਾਈ ਦਿੰਦੀਆਂ ਨੇ ਖੁਸ਼ਕ ਸਕਿਨ ਵਾਲਿਆਂ ਦੀ ਅਸੀਂ ਗੱਲ ਕੀਤੀ ਹੁਣ ਗੱਲ ਕਰਾਂਗੇ ਸੰਵੇਦਨਸ਼ੀਲ ਸਕਿਨ ਵਾਲਿਆਂ ਦੀ ਸੰਵੇਦਨਸ਼ੀਲ ਸਕਿਨ ਨੂੰ ਜਿਹੜਾ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਸੂਰਜ ਦੇ ਸੰਪਰਕ ਦੇ ਵਿੱਚ ਆਉਣ 'ਤੇ ਸਕਿਨ 'ਤੇ ਦਫੜ ਲਾਲੀ ਖੁਜਲੀ ਅਤੇ ਸੋਜ ਆਉਣ ਲੱਗਦੀ ਹੈ ਅਤੇ ਅਜਿਹੇ ਲੋਕਾਂ ਨੂੰ ਡਾਕਟਰ ਦੀ ਸਲਾਹ ਲੈਣ ਦੀ ਸਖਤ ਲੋੜ ਹੈ ਇਸ ਦੇ ਨਾਲ ਹੀ ਤੁਸੀਂ ਸੰਸਕ੍ਰੀਨ ਦੀ ਵੀ ਵਰਤੋਂ ਕਰ ਸਕਦੇ ਹੋ ਸੰਸਕ੍ਰੀਨ ਵੀ ਯੂਵੀ ਰੇਜ਼ ਤੋਂ ਕਾਫੀ ਜ਼ਿਆਦਾ ਸਾਨੂੰ ਬਚਾਉਂਦਾ ਹੈ ਅਤੇ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਲਾਭਦਾਇਕ ਸਾਡੀ ਸਕਿਨ ਦੇ ਲਈ ਸਾਬਤ ਹੋ ਸਕਦਾ ਫੇਅਰ ਸਕਿਨ ਟੋਨ ਦੀ ਜੇਕਰ ਗੱਲ ਕਰੀਏ ਤਾਂ ਸਨ ਡੈਮੇਜ ਦਾ ਅਸਰ ਜਿਹੜਾ ਹੈ ਸਭ ਤੋਂ ਵੱਧ ਗੋਰੀ ਸਕਿਨ ਵਾਲਿਆਂ 'ਤੇ ਹੀ ਦਿਖਾਈ ਦਿੰਦਾ ਹੈ ਕਿਉਂਕਿ ਇਸ ਤਰੀਕੇ ਦੀ ਸਕਿਨ ਹੈ ਜਿਹੜੀ ਆਸਾਨੀ ਦੇ ਨਾਲ ਬਰਨ ਹੋ ਜਾਂਦੀ ਹੈ ਅਤੇ ਗੋਰੀ ਸਕਿਨ ਵਾਲੇ ਲੋਕਾਂ ਨੂੰ ਸਕਿਨ ਦਾ ਕੈਂਸਰ ਝੁਰੀਆਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ਸਕਿਨ ਵਾਲੇ ਲੋਕਾਂ ਨੂੰ ਸੰਸਕ੍ਰੀਨ ਦੀ ਵਰਤੋਂ ਕਰਨੀ ਚਾਹੀਦੀ ਹੈ ਮੀਡੀਅਮ ਸਕਿਨ ਟੋਨ ਦੀ ਗੱਲ ਕਰੀਏ ਤਾਂ ਅਜਿਹੀ ਸਕਿਨ ਗੋਰੀ ਸਕਿਨ ਨਾਲੋਂ ਥੋੜ੍ਹੀ ਘੱਟ ਸਾਫ਼ ਹੁੰਦੀ ਹੈ ਅਜਿਹੀ ਸਕਿਨ ਘੱਟ ਬਰਨ ਵੀ ਹੁੰਦੀ ਹੈ ਅਤੇ ਆਸਾਨੀ ਦੇ ਨਾਲ ਜਿਹੜੀ ਹੈ ਟੈਨ ਬਹੁਤ ਜਲਦੀ ਹੋ ਜਾਂਦੀ ਹੈ ਮੀਡੀਅਮ ਸਕਿਨ ਟੋਨ ਹੈ ਜਿਹੜੀ ਯੂਵੀ ਰੇਜ਼ ਦੇ ਨਾਲ ਕਾਫੀ ਜ਼ਿਆਦਾ ਟੈਨ ਹੋ ਜਾਂਦੀ ਹੈ ਅਤੇ ਇਹਨਾਂ ਨੂੰ ਵੀ ਜਿਹੜਾ ਸੰਸਕ੍ਰੀਨ ਤਾਂ ਜ਼ਰੂਰ ਲਗਾਉਣਾ ਚਾਹੀਦਾ ਹੈ ਹੋਰ ਵੀ ਕਈ ਅਹਤਿਆਤ ਨੇ ਜਿਹੜੇ ਤੁਹਾਨੂੰ ਜ਼ਰੂਰ ਵਰਤਣੇ ਚਾਹੀਦੇ ਨੇ ਤਾਂ ਕਿ ਸੂਰਜ ਦੀਆਂ ਸਿੱਧੀਆਂ ਕਿਰਨਾਂ ਤੁਹਾਡੇ ਚਿਹਰੇ 'ਤੇ ਨਾ ਪੈਣ ਅਤੇ ਤੁਹਾਡੀ ਸਕਿਨ ਜਿਹੜੀ ਉਹ ਡੈਮੇਜ ਨਾ ਹੋਵੇ ਡਾਰਕ ਸਕਿਨ ਟੋਨ ਦੀ ਜੇਕਰ ਗੱਲ ਕਰੀਏ ਤਾਂ ਡਾਰਕ ਸਕਿਨ ਟੋਨ 'ਤੇ ਧੁੱਪ ਕਾਰਨ ਸਕਿਨ ਦੇ ਕੈਂਸਰ ਬੁਢਾਪੇ ਦਾ ਖਤਰਾ ਨਾ ਮਾਤਰ ਰਹਿੰਦਾ ਹੈ ਹਾਲਾਂਕਿ ਅਧਿਐਨਾਂ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਡਾਰਕ ਸਕਿਨ ਟੋਨ ਐਕਰਲ ਲੈਂਟੀਜਨਸ ਮੈਲਾਨੋਮਾ ਲਈ ਵਧੇਰੇ ਸੰਵੇਦਨਸ਼ੀਲ ਹੁੰਦੀ ਹੈ ਅਤੇ ਨਹੂਆਂ ਦੇ ਹੇਠਾਂ ਜਾਂ ਪੈਰਾਂ ਦੇ ਤਲੇ ਜਾਂ ਹੱਥਾਂ ਦੀਆਂ ਹਥੇਲੀਆਂ 'ਤੇ ਸਕਿਨ ਕੈਂਸਰ ਦਾ ਖਤਰਨਾਕ ਸੰਕੇਤ ਵੀ ਵਿਕਸਿਤ ਹੋ ਸਕਦਾ ਹੈ ਸੂਰਜ ਦੀਆਂ ਕਿਰਨਾਂ ਦੇ ਫਾਇਦੇ ਇੱਕ ਪਾਸੇ ਨੇ ਅਤੇ ਦੂਜੇ ਪਾਸੇ ਨੁਕਸਾਨ ਵੀ ਕਾਫੀ ਨੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਅਲੱਗ ਅਲੱਗ ਸਕਿਨ ਟਾਈਪਸ ਦੇ ਹਿਸਾਬ ਦੇ ਨਾਲ ਦੱਸਿਆ ਕਿ ਕਿਹੜੇ ਸਕਿਨ ਟਾਈਪ 'ਤੇ ਸੂਰਜ ਦੀ ਕਿਰਨਾਂ ਦਾ ਕਿਸ ਤਰੀਕੇ ਦੇ ਨਾਲ ਅਸਰ ਹੋ ਸਕਦਾ ਹੈ ਆਪਣੀ ਸਕਿਨ ਨੂੰ ਬਚਾਉਣ ਦੇ ਲਈ ਸੰਸਕ੍ਰੀਨ ਦੀ ਇਸਤੇਮਾਲ ਕਰੋ ਸੰਸਕ੍ਰੀਨ ਦੀ ਵਰਤੋਂ ਜ਼ਰੂਰ ਕਰੋ ਇਸ ਦੇ ਨਾਲ ਹੀ ਹੋਰ ਵੀ ਤੁਸੀਂ ਆਪਣੇ ਲਈ ਬਿਹਤਰ ਜਾਣਦੇ ਹੋ ਕਿ ਤੁਹਾਡੇ ਲਈ ਸਕਿਨ ਤੋਂ ਬਚਣ ਦੇ ਲਈ ਕੀ ਕੁਝ ਉਪਚਾਰ ਤੁਹਾਨੂੰ ਕਰਨੇ ਚਾਹੀਦੇ ਨੇ ਤਾਂ ਕਿ ਸਨ ਦੀਆਂ ਸਿੱਧੀ ਕਿਰਨਾਂ ਤੁਹਾਡੇ ਚਿਹਰੇ 'ਤੇ ਨਾ ਪੈਣ ਸੋ ਇਸੇ ਤਰ੍ਹਾਂ ਦੀ ਹੈਲਥ ਟਿਪਸ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬ ਸਤਿ